ਕਾਫੀ ਮਿਹਨਤ ਦੇ ਬਾਅਦ ਆਖਰ ਤੇਂਦੂਆ ਜੰਗਲਾਤ ਵਿਭਾਗ ਤੇ ਕਾਬੂ ਆਇਆ ਹੈ। ਇਸ ਮੌਕੇ ਤੇ ਜੰਗਲਾਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਜਲੰਧਰ ਅਤੇ ਛੱਤਬੀੜ ਤੋਂ ਆਈਆਂ ਸਨ। ਇਸ ਮੌਕੇ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਬਲਿਕ ਦੇ ਵਜ੍ਹਾ ਕਰਕੇ ਤੇਂਦੂਆ ਨੂੰ ਫੜਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਛੱਤਬੀੜ ਤੋਂ ਆਏ ਆ ਹਾਂਜੀ। ਟੀਮ ਜਿਹੜੀ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਹੈਗੀ ਕਾਲ ਤੇ ਫੋਨ ਕੀਤਾ, ਉਸੀ ਟਾਈਮ ਅਸੀਂ ਉੱਥੋਂ ਟੈਕਸੀ ਕਰਕੇ ਆਪਣੇ ਸਰਕਾਰੀ ਗੱਡੀ ਤੇ ਇੱਥੇ ਪਹੁੰਚ ਚੁੱਕੇ। ਮੇਰਾ ਨਾਮ ਹੈਗਾ ਰਾਮਦੇਵ ਜੀ ਔਰ ਡਾਇਗਨੇਸ਼ਨ ਮੇਰਾ ਵੈਟਰਨਰੀ ਕੰਪਾਊਂਡਰ ਹੈ। ਤੇ ਸਰ ਲੋਕਾਂ ਨੂੰ ਕਿਹੜਾ ਲਿਖਿਆ ਹੈ ਤੇਂਦੂ ਹੈ ਜਾਂ ਹੈਗਾ ਵਾ ਉਸਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਕੀ ਹੈ, ਕਿਹੜੀ ਨਸਲ ਹੈ? ਜਾਨਵਰਾਂ ਤੋਂ ਜਿਹੜੇ ਇਹ ਬੰਦੇ ਜ਼ਖਮੀ ਹੋਏ ਹੈ ਹੋਰ ਕਰੇ ਹੈਗਾ, ਇਹ ਆਪਣੀ ਗਲਤ ਫਹਿਮੀ ਕਰਕੇ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਜਾਨਵਰ ਨੂੰ ਸੋਰ ਸਰਾਬਾ ਕਰਦੇ ਆ, ਉਹਨਾਂ ਨੂੰ ਟੇਕ ਕਰਦੇ ਹੈ। ਕਈ ਬੰਦੇ ਹੈਗੇ ਜਿਹੜੇ ਨਸ਼ਾ ਕਰਕੇ ਵਿੱਚ ਘੁੰਮ ਰਹੇ, ਇਸ ਤਰ੍ਹਾਂ ਦਾ ਨਹੀਂ ਵਿਹਾਵਰ ਹੋਣਾ ਚਾਹੀਦਾ। ਜਾਨਵਰ ਜਿੱਦਾਂ ਕੋਈ ਆ ਜਾਂਦਾ ਤਾਂ ਆਪਣਾ ਸਾਈਡ 'ਚ ਰਹਿ ਕੇ ਉਹਨੂੰ ਮਹਿਕਮੇ ਨੂੰ ਤਲਾਹ ਕਰਨੀ ਚਾਹੀਦੀ ਹੈ ਅਤੇ ਆਪਣਾ ਸੇਫ ਸਾਈਡ ਆਰਾਮ ਨਾਲ ਪਾਸੇ ਬੈਠਣਾ ਚਾਹੀਦਾ, ਨਾ ਕਿ ਉਸ ਕੇ ਹੱਲਾ ਸ਼ੇਰੀ ਮਚਾਉਣੀ ਚਾਹੀਦੀ ਹੈ। ਜ਼ਿਆਦਾ ਸ਼ੋਰ ਕਰਨ ਨਾਲ ਜਾਨਵਰ ਨੂੰ ਜੋ ਬੇਹੋਸ ਕਰਨ ਦੀ ਦਵਾਈ ਹੈਗੀ ਉਸਕਾ ਅਸਰ ਵੀ ਘੱਟਦਾ ਹੈ। ਲੋਕਾਂ ਨੂੰ ਇਹ ਵਾ ਤੇਂਦੂਆ ਲੱਗਦਾ ਹੈ ਜਾਂ ਟਾਈਗਰ ਹੈ, ਕੀ ਹੈਗਾ, ਕਿਹੜੀ ਨਸਲ ਹੈਗੀ ਆ? ਇਹ ਤੇਂਦੂਆ ਹੈਗਾ, ਕੇਟ ਫੈਮਿਲੀ 'ਚ ਆਉਂਦਾ ਹੈਗਾ। ਲਾਰਜ ਫੈਮਿਲੀ 'ਚ ਲਾਈਨ ਟਾਈਗਰ ਆ ਜਾਂਦਾ, ਉਸ ਤੋਂ ਚੀਤਾ ਵਗੈਰਾ, ਉਸ ਤੋਂ ਛੋਟਾ ਹੈਗਾ ਤੇਂਦੂਆ ਆਉਂਦਾ। ਜਿਹੜਾ ਤੁਸੀਂ ਟੀਕਾ ਲਗਾਇਆ ਗਿਆ ਹੈਗਾ ਇਹ ਕਿੰਨੇ ਘੰਟੇ ਅਸਰ ਕਰਦਾ ਹੈਗਾ? ਇਹ 3-4 ਘੰਟੇ ਅਸਰ ਰਹਿੰਦਾ ਹੈ ਇਸ ਤੇ। ਓਕੇ ਜੀ, ਹਾਂਜੀ ਸਰ, ਇੰਨਾ ਟਾਈਮ ਲੱਗਦਾ ਤੇਂਦੂਏ ਨੂੰ ਕਾਬੂ ਕਰਦੇ ਹੋਏ, ਕੀ ਪਰੇਸ਼ਾਨੀ ਹੈ ਇਹ ਥੋੜਾ ਦੱਸ ਦਿਓ। ਪਰੇਸ਼ਾਨੀ ਥੋੜੀ ਪਬਲਿਕ ਦੀ ਸਾਨੂੰ ਆਈ, ਕਿਉਂਕਿ ਐਨੀਮਲ ਦਾ ਵਾਈਲਡ ਐਨੀਮਲ ਹੈ, ਇਹ ਅਗਰੈਸਿਵ ਹੋ ਜਾਂਦਾ, ਉਹਦੇ ਕਾਰਨ ਸਾਨੂੰ ਕਾਫੀ ਪ੍ਰੋਬਲਮਸ ਆਈ। ਨੈਕਸਟ ਜਦੋਂ ਜਿੱਥੇ ਗਿਆ ਹੈ ਉੱਥੇ ਬਹੁਤ ਜ਼ਿਆਦਾ ਕੰਜੈਸਟਡ ਏਰੀਆ ਸੀ, ਜਿਸਦੇ ਕਾਰਨ ਸਾਨੂੰ ਇਹਨੂੰ ਰੈਸਕਿਊ ਕਰਨ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਦੇਖਣ 'ਚ ਇਹ ਪ੍ਰੋਪਰ ਇਕਵਿਪਮੈਂਟਸ ਵੀ ਨਹੀਂ ਆ ਰਹੇ ਸੀਗੇ ਫੋਰੈਸਟ ਡਿਪਾਰਟਮੈਂਟ ਵੱਲੋਂ, ਜਾਂ ਜਾਲ ਵੀ ਸਵੇਰੇ ਆਇਆ ਸੀ, ਬੜਾ ਖਸਤਾ ਜਿਹਾ ਸੀਗਾ ਜਿਹੜਾ। ਨਹੀਂ ਨਹੀਂ ਨਹੀਂ, ਜਾਲ ਇਸ ਤਰ੍ਹਾਂ ਦੀ ਨਹੀਂ ਕੋਈ ਗੱਲ ਹੈਗੀ, ਜਾਲ ਅੱਛੇ ਜਾਲ ਨੇ, ਬਟ ਐਨੀਮਲ ਦਾ ਇਹ ਵਾਈਲਡ ਐਨੀਮਲ ਆ, ਇਹਨਾਂ ਦੀ ਹੈਬਿਟ ਇਸ ਤਰ੍ਹਾਂ ਹੁੰਦੀ ਆ। ਇਸ ਬਾਰੇ ਮੈਂ ਤੁਹਾਨੂੰ ਐਡ ਕਰਦਾ, ਕੋਈ ਡਿਪਾਰਟਮੈਂਟ ਵੱਲੋਂ ਇਕਵਿਪਮੈਂਟਸ ਦੀ ਕਿਸੇ ਤਰ੍ਹਾਂ ਦੀ ਅਸੈਸਰੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਸਿਰਫ ਸੀ ਮੌਬ ਮੈਨੇਜਮੈਂਟ ਦੀ, ਅਗਰ ਪਬਲਿਕ ਮੈਨੇਜਮੈਂਟ ਨਹੀਂ ਹੋਏਗੀ ਠੀਕ, ਐਨੀਮਲ ਐਕਸਾਈਟਿਡ ਹੋਈ ਜਾਏਗਾ, ਕੋਈ ਮੈਡੀਸਨ ਕੰਮ ਨਹੀਂ ਕਰੇਗੀ। ਇਸ ਲਈ ਸਭ ਤੋਂ ਬੈਟਰ ਫਸਟ ਸਲਿਊਸ਼ਨ ਹੁੰਦਾ ਪਬਲਿਕ ਮੈਨੇਜਮੈਂਟ। ਸਵੇਰੇ ਕਾਬੂ ਹੋਣ ਨਾਲ, ਪਬਲਿਕ ਮੈਨੇਜਮੈਂਟ ਨਾ ਹੋਣ ਕਰਕੇ ਮੈਡੀਸਨ ਲਗਾਈ ਗਈ, ਮੈਡੀਸਨ ਦਾ ਇਫੈਕਟ ਹੀ ਨਹੀਂ ਆ ਰਿਹਾ। ਇਫੈਕਟ ਤਦ ਆਏਗਾ ਜਦ ਐਨੀਮਲ 10-15 ਮਿੰਟ ਲਈ ਕਾਮ ਕੰਡੀਸ਼ਨ ਹੀ ਮਿਲੇ ਸਾਨੂੰ, ਬਿਫੋਰ ਇੰਜੈਕਸ਼ਨ ਐਂਡ ਆਫਟਰ ਇੰਜੈਕਸ਼ਨ, ਜਿਸ ਕਰਕੇ ਸਾਰਾ ਪ੍ਰੋਸੈਸ ਡਿਲੇ ਹੁੰਦਾ ਗਿਆ। ਪਬਲਿਕ ਨੂੰ ਅਸੀਂ ਬੜੇ ਫੋਰਸਫੁਲੀ ਵੀ ਕਹਿ ਕੇ ਰਿਕੁਐਸਟ ਕਰਕੇ ਪਿੱਛੇ ਕਰਾਇਆ, ਅਤੇ ਅਗਰ ਪਬਲਿਕ ਮੈਨੇਜਮੈਂਟ ਅੱਛੀ ਹੋ ਜਾਏ ਤਾਂ ਐਨੀਮਲ ਕਾਬੂ ਕਰਨਾ ਕੋਈ ਔਖਾ ਨਹੀਂ। ਉਹਨਾਂ ਨੂੰ ਸਟਰੋਂਗ ਡੋਜ਼ ਦਿੱਤੀ ਗਈ? ਨਹੀਂ ਨਹੀਂ, ਡੋਜ਼ ਜੋ ਰਿਕੁਆਇਰਡ ਹੁੰਦੀ ਉਹੀ ਦਿੱਤੀ ਗਈ ਹੈ, ਕੋਈ ਸਟਰੋਂਗ ਡੋਜ਼ ਨਹੀਂ ਦਿੰਦੇ। ਡੋਜ਼ ਹਮੇਸ਼ਾ ਫਿਕਸ ਹੁੰਦੀ ਹੈ ਐਨੀਮਲ ਵਾਈਜ਼, ਕੰਡੀਸ਼ਨ ਵਾਈਜ਼, ਸਿਚੁਏਸ਼ਨ ਵਾਈਜ਼। ਅਤੇ ਹੁਣ ਇਹਨੂੰ ਕਿੱਥੇ ਲਿਜਾਇਆ ਜਾਏਗਾ? ਇਹ ਸਾਰਾ ਡਿਪਾਰਟਮੈਂਟ ਦੀ ਪਲਾਨ ਹੈ, ਸਾਡੀ ਡਿਊਟੀ ਸੀ ਇਹਨਾਂ ਨੂੰ ਫੜ ਕੇ ਇੱਕ ਵਾਰੀ ਹੈਲਦੀ ਕੰਡੀਸ਼ਨ ਵਿੱਚ ਐਨੀਮਲ ਹੈਂਡ ਓਵਰ ਕਰਨਾ। ਥੈਂਕ ਯੂ ਸਰ, ਥੈਂਕ ਯੂ। ਇਹ ਪਰ ਇਹਦੀ ਜੋ ਸਿਹਤ ਦੇ ਹਿਸਾਬ ਨਾਲ ਅਸੀਂ ਦੇਖਾਂਗੇ, ਜੇ ਤੰਦਰੁਸਤ ਹੋਇਆ ਤਾਂ ਇਹਨੂੰ ਦੈਨ ਰਿਲੀਜ਼ ਕਰ ਦਾਂਗੇ ਜੰਗਲ 'ਚ। ਸਾਰਾ ਡਿਸੀਜਨ ਡਿਪਾਰਟਮੈਂਟ ਲੈਵਲ 'ਤੇ ਜੇ ਹੋਣਾ। ਖੁਸ਼ਵਿੰਦਰ ਸਿੰਘ ਜੀ।